ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਮਸ਼ਰੂਮ ਮਸਾਲਾ, ਜੋ ਕਿ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ, ਜਿਹਨੂੰ ਕਿ ਅਸੀਂ ਸਿੰਪਲ ਜੋ ਕਿ ਘਰ ਵਿੱਚ ਸਾਡਾ ਸਮਾਨ ਹੈ ਉਹ ਤੋਂ ਬਣਾ ਕੇ ਤਿਆਰ ਕਰਾਂਗੇ। ਚਲੋ ਜੀ, ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ। ਇਹ ਮੇਰੇ ਕੋਲ 250 ਗ੍ਰਾਮ ਮਸ਼ਰੂਮ ਨੇ, ਅਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸਾਫ਼ ਕਰਾਂਗੇ ਅਤੇ ਫਿਰ ਇਹਨਾਂ ਨੂੰ ਕੱਟਾਂਗੇ। ਅਤੇ ਮਸ਼ਰੂਮ ਦੇ ਉੱਪਰ ਇਹ ਵਾਲੀ ਜਿਸ ਤਰ੍ਹਾਂ ਮਿੱਟੀ ਲੱਗੀ ਹੁੰਦੀ ਹੈ, ਇਹਨੂੰ ਸਾਫ਼ ਕਰਨ ਲਈ ਮੈਂ 2 ਚਮਚ ਆਟੇ ਦੇ ਲਏ ਨੇ, ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਇਹਨੂੰ ਆਪਾਂ ਸਾਫ਼ ਕਰ ਲਵਾਂਗੇ। ਇਸ ਤਰ੍ਹਾਂ ਤੁਸੀਂ ਬੜੇ ਸੌਫਟ, ਹੌਲੀ ਹੌਲੀ, ਬੜੇ ਆਰਾਮ ਨਾਲ ਮਸ਼ਰੂਮ ਨੂੰ ਇਸ ਤਰ੍ਹਾਂ ਆਟੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ, ਤਾਂ ਕਿ ਇਸਦੀ ਸਾਰੀ ਮਿੱਟੀ ਸਾਫ਼ ਹੋ ਜਾਵੇ। ਫਿਰ ਇਹਨੂੰ ਆਪਾਂ ਪਾਣੀ ਦੇ ਨਾਲ 2 ਵਾਰੀ ਧੋ ਲਾਂਗੇ ਅਤੇ ਫਿਰ ਇਹਨੂੰ ਕੱਟ ਕੇ ਇਹਦੀ ਸਬਜ਼ੀ ਬਣਾਵਾਂਗੇ। ਹੁਣ ਇਸ ਤਰ੍ਹਾਂ ਪਾਣੀ ਦੇ ਨਾਲ ਇਹਨੂੰ ਆਪਾਂ ਸਾਫ਼ ਕਰ ਲਵਾਂਗੇ। ਆਦੇ ਸਾਫ਼ ਹੋ ਗਈਆਂ ਨੇ, ਇਸ ਤਰ੍ਹਾਂ 1-2 ਵਾਰੀ ਇਹਨੂੰ ਚੰਗੀ ਤਰ੍ਹਾਂ ਆਪਾਂ ਧੋ ਲਵਾਂਗੇ। ਮਸ਼ਰੂਮ ਨੂੰ ਆਪਾਂ ਸਾਫ਼ ਕਰ ਲਿਆ, ਇਹਨੂੰ ਇੰਨਾ ਕੁ ਆਪਾਂ ਕੱਟ ਦੇਵਾਂਗੇ ਇਹ ਵਾਲੇ ਪਾਰਟ ਨੂੰ। ਇਹਨੂੰ ਇਸ ਤਰ੍ਹਾਂ ਆਪਾਂ ਕੱਟ ਕੇ ਤਿਆਰ ਕਰਾਂਗੇ। ਤੁਸੀਂ ਚਾਹੋ ਤਾਂ ਇਹਦੇ 4 ਪੀਸ ਵੀ ਕਰ ਸਕਦੇ ਹੋ, 2 ਵੀ ਕਰ ਸਕਦੇ ਹੋ, ਜਿੰਨਾ ਤੁਹਾਨੂੰ ਮਨ ਕਰਦਾ ਉਸ ਹਿਸਾਬ ਨਾਲ ਇਹਨੂੰ ਕੱਟ ਕੇ ਤਿਆਰ ਕਰ ਸਕਦੇ ਹੋ। ਮਸ਼ਰੂਮ ਨੂੰ ਆਪਾਂ ਕੱਟ ਕੇ ਇਸ ਤਰ੍ਹਾਂ ਤਿਆਰ ਕਰ ਲਿਆ, ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਫਰਾਈ ਕਰਦੇ ਹਾਂ ਅਤੇ ਫਿਰ ਇਹਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। 1 ਚਮਚਾ ਮੈਂ ਸਰ੍ਹੋਂ ਦਾ ਤੇਲ ਲਿਆ ਹੈ, ਇਹਦੇ ਨਾਲ ਹੀ 1 ਚਮਚਾ ਮੈਂ ਦੇਸੀ ਘਿਓ ਦਾ ਪਾਵਾਂਗੀ। ਇਹਦੇ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ। ਇਹਨੂੰ ਹਲਕਾ ਜਿਹਾ ਗਰਮ ਕਰ ਲਾਂਗੇ, ਸਾਰੀ ਸਾਈਡ 'ਤੇ ਚੰਗੀ ਤਰ੍ਹਾਂ ਘੁਮਾ ਲੈਣਾ ਹੈ, ਤੇਲ ਦੀ ਕੁੜੱਤਣ ਕੱਢ ਲੈਣੀ ਹੈ ਚੰਗੀ ਤਰ੍ਹਾਂ, ਫਿਰ ਆਪਾਂ ਇਹ ਫਰਾਈ ਕਰਦੇ ਹਾਂ। ਤੇਲ ਅਤੇ ਘਿਓ ਗਰਮ ਹੋ ਗਿਆ, ਹੁਣ ਆਪਾਂ ਇਹ ਵਾਲੇ ਮਸ਼ਰੂਮ ਦੇ ਵਿੱਚ ਪਾ ਦਿੰਦੇ ਹਾਂ। ਮੀਡੀਅਮ ਫਲੇਮ 'ਤੇ ਇਹਨਾਂ ਨੂੰ 5-7 ਮਿੰਟ ਆਪਾਂ ਹਲਕਾ ਜਿਹਾ ਰੋਸਟ ਕਰਾਂਗੇ। 1/2 ਚਮਚੇ ਤੋਂ ਘੱਟ ਦੇਗੀ ਮਿਰਚ, ਬਿਲਕੁਲ ਥੋੜ੍ਹੀ 1 ਚੁਟਕੀ ਹਲਦੀ, ਇਹਦੇ ਨਾਲ ਹੀ 1 ਚੁਟਕੀ ਆਪਾਂ ਨਮਕ ਐਡ ਕਰਾਂਗੇ। ਬਸ ਇਹਦੇ ਨਾਲ ਆਪਣੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ, ਸਬਜ਼ੀ ਦਾ ਬਹੁਤ ਵਧੀਆ ਟੇਸਟ ਆਉਂਦਾ। ਹਲਕਾ ਜਿਹਾ ਪਾਣੀ ਦਾ ਛਿੱਟਾ ਲਾਵਾਂਗੇ, ਜ਼ਿਆਦਾ ਪਾਣੀ ਨਹੀਂ ਪਾਉਣਾ, ਮੀਡੀਅਮ ਫਲੇਮ 'ਤੇ ਇਹਨਾਂ ਨੂੰ ਥੋੜ੍ਹੀ ਦੇਰ ਪਕਾ ਲਵਾਂਗੇ। 5 ਮਿੰਟ ਹੋ ਗਏ ਨੇ, ਹੁਣ ਆਪਾਂ ਮਸ਼ਰੂਮ ਬਾਹਰ ਕੱਢਦੇ ਹਾਂ, ਫਰਾਈ ਹੋ ਗਏ ਨੇ। ਉਸੇ ਕੜਾਹੀ ਵਿੱਚ ਮੈਂ 2 ਚਮਚੇ ਸਰ੍ਹੋਂ ਦਾ ਤੇਲ ਪਾਵਾਂਗੀ, ਜਾਂ ਤੁਸੀਂ ਰਿਫਾਇੰਡ ਓਇਲ ਵੀ ਲੈ ਸਕਦੇ ਹੋ, ਜਿਹੜਾ ਵੀ ਤੁਸੀਂ ਤੇਲ ਪਸੰਦ ਕਰਦੇ ਹੋ। 1 ਚਮਚਾ ਦੇਸੀ ਘਿਓ, ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ, ਫਿਰ ਇਹਦੇ ਵਿੱਚ ਆਪਾਂ ਥੋੜ੍ਹੇ ਸਾਫਤ ਮਸਾਲੇ ਐਡ ਕਰਾਂਗੇ। ਤੇਲ ਅਤੇ ਘਿਓ ਗਰਮ ਹੋ ਗਿਆ, ਹੁਣ ਇਹਦੇ ਵਿੱਚ ਇਹ ਸਾਫਤ ਮਸਾਲੇ ਪਾਵਾਂਗੇ। 5-6 ਸਾਫਤ ਕਾਲੀਆਂ ਮਿਰਚਾਂ, 1 ਮੋਟੀ ਇਲਾਇਚੀ, 2 ਲੌਂਗ, 1 ਛੋਟੀ ਇਲਾਇਚੀ ਅਤੇ 1/2 ਚਮਚਾ ਜੀਰਾ। ਇਹਨਾਂ ਨੂੰ ਹਲਕਾ ਜਿਹਾ ਭੁੰਨਾਂਗੇ। ਹੁਣ ਨਾਲ ਹੀ ਇਹਦੇ ਵਿੱਚ ਆਪਾਂ 2 ਮੀਡੀਅਮ ਸਾਈਜ਼ ਦੇ ਟਮਾਟਰ, ਇਹਨਾਂ ਨੂੰ ਇਸ ਤਰ੍ਹਾਂ ਬਰੀਕ ਆਪਾਂ ਗ੍ਰਾਇੰਡ ਕਰ ਲਿਆ, ਤੁਸੀਂ ਚਾਹੋ ਤਾਂ ਇਹਦੀ ਪੇਸਟ ਬਣਾ ਕੇ ਵੀ ਪਾ ਸਕਦੇ ਹੋ। ਪਿਆਜ਼ ਆਪਣਾ ਭੁੱਜ ਗਿਆ, ਹੁਣ ਇਹਦੇ ਵਿੱਚ ਆਪਾਂ ਕੁੱਟਿਆ ਹੋਇਆ ਲਸਣ ਅਤੇ ਅਦਰਕ ਦੋਨੇ ਪਾਵਾਂਗੇ, ਇਹਨਾਂ ਨੂੰ ਵੀ ਭੁੰਨਾਂਗੇ ਇਹਦਾ ਕੱਚਾਪਨ ਕੱਢ ਕੇ। ਫਿਰ ਇਹਦੇ ਵਿੱਚ ਆਪਾਂ ਟਮਾਟਰ ਅਤੇ ਮਿਰਚਾਂ ਦੀ ਪੇਸਟ ਐਡ ਕਰਾਂਗੇ।
ਲਸਣ ਤੇ ਅਦਰਕ ਭੁੱਜ ਗਿਆ, ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਦੇ ਹਾਂ। ਅੱਧੇ ਚਮਚੇ ਤੋਂ ਘੱਟ ਹਲਦੀ ਪਾਊਡਰ, ਅੱਧਾ ਚਮਚਾ ਦੇਗੀ ਮਿਰਚ, ਅੱਧੇ ਚਮਚੇ ਤੋਂ ਘੱਟ ਕਾਲੀ ਮਿਰਚ, ਅੱਧਾ ਚਮਚਾ ਧਨੀਆ ਪਾਊਡਰ। ਇਹਨਾਂ ਨੂੰ ਇੱਕ ਦੋ ਮਿੰਟ ਭੁੰਨ ਕੇ ਇਹਦੇ ਨਾਲ ਹੀ ਆਪਾਂ ਇਹ ਵਾਲੇ ਟਮਾਟਰ ਅਤੇ ਮਿਰਚਾਂ ਦੀ ਪੂਰੀ ਬਣਾ ਕੇ ਤਿਆਰ ਕੀਤੀ, ਇਹ ਪਾ ਦਾਂਗੇ। ਇਹਦੇ ਨਾਲ ਸਾਡੇ ਮਸਾਲੇ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਅਤੇ ਨਾਲੇ ਟਮਾਟਰ ਵੀ ਭੁੱਜ ਜਾਵੇਗਾ। ਅਤੇ ਸਵਾਦ ਅਨੁਸਾਰ ਨਮਕ, ਮੈਂ ਅੱਧੇ ਚਮਚੇ ਤੋਂ ਘੱਟ ਨਮਕ ਐਡ ਕਰ ਰਹੀ ਹਾਂ, ਬਾਕੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ। ਹੁਣ ਇਹਨੂੰ ਢੱਕ ਕੇ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਪਕਾਵਾਂਗੇ ਅਤੇ ਫਿਰ ਆਪਾਂ ਇਹਦੇ ਵਿੱਚ 2-3 ਚਮਚੇ ਦਹੀਂ ਐਡ ਕਰਾਂਗੇ। ਮਸਾਲਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ, ਦੇਖੋ ਮਸਾਲੇ ਨੇ ਤੇਲ ਛੱਡਤਾ ਹੈ। ਹੁਣ ਆਪਾਂ ਇਹਦੇ ਵਿੱਚ ਗੈਸ ਮੀਡੀਅਮ ਕਰਕੇ 2 ਚਮਚੇ ਦਹੀਂ ਹੈ ਉਹਨੂੰ ਮੈਂ ਇਸ ਤਰ੍ਹਾਂ ਫੈਟ ਲਿਆ ਐਡ ਕਰਾਂਗੀ। ਇਹਨੂੰ ਚੰਗੀ ਤਰ੍ਹਾਂ ਤੁਸੀਂ ਘੁਮਾਉਣਾ ਹੈ ਜਿੰਨਾ ਚਿਕਰ ਦਹੀਂ ਪੱਕ ਨਹੀਂ ਜਾਂਦਾ, ਮੀਡੀਅਮ ਫਲੇਮ 'ਤੇ ਇਸ ਤਰ੍ਹਾਂ ਹੀ ਇਹਨੂੰ ਘੁਮਾਉਂਦੇ ਰਹਿਣਾ ਹੈ। ਇਹਦੇ ਨਾਲ ਆਪਣਾ ਮਸ਼ਰੂਮ ਮਸਾਲਾ ਬਹੁਤ ਟੇਸਟੀ ਬਣਦਾ ਹੈ। ਜਦੋਂ ਵੀ ਆਪਾਂ ਸਬਜ਼ੀ 'ਚ ਦਹੀਂ ਐਡ ਕਰਨਾ ਹੈ ਤਾਂ ਇਹਨੂੰ ਆਪਾਂ ਹਿਲਾਉਂਦੇ ਰਹਿਣਾ ਹੈ ਜਿੰਨਾ ਚਿਕਰ ਦਹੀਂ ਵਿੱਚ ਇੱਕ ਉਬਾਲ ਨਾ ਆ ਜਾਏ। ਬਸ ਇਸ ਤਰ੍ਹਾਂ ਆ ਦੇਖੋ, ਹੁਣ ਦਹੀਂ ਬਿਲਕੁਲ ਨਹੀਂ ਫਟਿਆ, ਗ੍ਰੇਵੀ ਦੇਖੋ ਕਿੰਨੀ ਸੋਹਣੀ ਆਪਣੀ ਬਣ ਕੇ ਤਿਆਰ ਹੋਈ ਹੈ। ਹੁਣ ਇਹਦੇ ਵਿੱਚ ਆਪਾਂ ਮਸ਼ਰੂਮ ਐਡ ਕਰਦੇ ਹਾਂ। ਆਹ ਦੇਖੋ ਜੀ, ਮਸਾਲਾ ਆਪਣਾ ਬਿਲਕੁਲ ਤਿਆਰ ਹੈ, ਮਸਾਲੇ ਨੇ ਤੇਲ ਛੱਡਤਾ ਹੈ। ਹੁਣ ਆਪਾਂ ਇਹਦੇ ਵਿੱਚ ਇਹ ਫਰਾਈ ਕੀਤਾ ਇਹ ਮਸ਼ਰੂਮ ਐਡ ਕਰਦੇ ਹਾਂ। ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਥੋੜ੍ਹੀ ਜਿਹੀ ਸੁੱਕੀ ਮੇਥੀ, ਇਹਨੂੰ ਮੈਂ ਇਸ ਤਰ੍ਹਾਂ ਦਾ ਪਾਊਡਰ ਕਰ ਲਿਆ ਹੈ, ਉਹ ਪਾ ਦਾਂਗੇ। ਥੋੜ੍ਹਾ ਬਰੀਕ ਕੱਟਿਆ ਹੋਇਆ ਧਨੀਆ, ਇਸਦੇ ਨਾਲ ਹੀ ਅੱਧੇ ਚਮਚੇ ਤੋਂ ਘੱਟ ਗਰਮ ਮਸਾਲਾ ਐਡ ਕਰਕੇ ਜੀ ਚੰਗੀ ਤਰ੍ਹਾਂ ਮਿਲਾ ਦਾਂਗੇ। ਬਿਲਕੁਲ ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ, ਬਸ ਇੰਨਾ ਕੁ ਪਾਣੀ ਐਡ ਕਰਕੇ ਮੀਡੀਅਮ ਫਲੇਮ 'ਤੇ ਇਹਨੂੰ 7-8 ਮਿੰਟ ਪਕਾ ਲਵਾਂਗੇ, ਕਿਉਂਕਿ ਮਸ਼ਰੂਮ ਆਪਾਂ ਪਹਿਲਾਂ ਵੀ ਫਰਾਈ ਕੀਤੇ ਹੋਏ ਨੇ। 7-8 ਮਿੰਟਾਂ ਵਿੱਚ ਆਪਣਾ ਮਸ਼ਰੂਮ ਮਸਾਲਾ ਬਣ ਕੇ ਬਿਲਕੁਲ ਰੈਡੀ ਹੋ ਜਾਣਾ ਹੈ। ਹੁਣ ਇਹਨੂੰ ਢੱਕ ਕੇ ਆਪਾਂ ਪਕਾਉਂਦੇ ਹਾਂ। ਲਓ ਜੀ, ਆਪਣਾ ਮਸ਼ਰੂਮ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ। ਹੁਣ ਇਸ 'ਤੇ ਪਾਉਂਦੇ ਹਾਂ ਜੀ ਆਪਾਂ ਕੱਟਿਆ ਹੋਇਆ ਬਰੀਕ ਧਨੀਆ, ਅਤੇ ਇਹਨੂੰ ਕਰਦੇ ਹਾਂ ਜੀ ਆਪਾਂ ਸਰਵ। ਲਓ ਜੀ, ਆਪਣਾ ਬਹੁਤ ਹੀ ਟੇਸਟੀ ਮਸ਼ਰੂਮ ਮਸਾਲਾ ਬਣ ਕੇ ਬਿਲਕੁਲ ਰੈਡੀ ਹੈ, ਜਿਹਨੂੰ ਕਿ ਅਸੀਂ ਬੜੇ ਸਿੰਪਲ ਤਰੀਕੇ ਨਾਲ ਤਿਆਰ ਕੀਤਾ। ਆਹ ਦੇਖੋ ਕਿੰਨਾ ਸੋਹਣਾ ਬਣਿਆ ਹੈ ਆਪਣਾ ਮਸ਼ਰੂਮ ਮਸਾਲਾ, ਜਿਹਨੂੰ ਕਿ ਤੁਸੀਂ ਚਾਵਲ ਨਾਲ, ਪੂੜੀ ਨਾਲ, ਪਰਾਂਠੇ ਨਾਲ ਖਾ ਸਕਦੇ ਹੋ। ਖਾਣ ਵਿੱਚ ਬਹੁਤ ਹੀ ਟੇਸਟੀ ਹੈ ਅਤੇ ਬੜੀ ਜਲਦੀ ਬਣ ਕੇ ਤਿਆਰ ਹੋਇਆ ਹੈ। ਇਹ ਸੀ ਮੇਰਾ ਤਰੀਕਾ ਮਸ਼ਰੂਮ ਮਸਾਲਾ ਬਣਾਉਣ ਦਾ, ਤੁਸੀਂ ਮੈਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਅਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।